ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਪੁਲਿਸ ਕੌਨਸਟੇਬਲ ਦਾ ਪੇਪਰ 25 ਅਗਸਤ ਨੂੰ ਈਵਨਿੰਗ ਸ਼ਿਫਟ ਦੇ ਵਿੱਚ ਜੋ ਹੋਇਆ ਹੈ ਕਿਸ ਤਰ੍ਹਾਂ ਦੇ ਕੁਸ਼ਨ ਇਸ ਪੇਪਰ ਦੇ ਵਿੱਚ ਆਏ ਉਹ ਆਪਾਂ ਦੇਖਾਂਗੇ ਮੈਂ ਜੋ ਤੁਹਾਨੂੰ ਕੁਸ਼ਨ ਕਰਵਾ ਰਿਹਾ ਚਾਹੇ ਵੀਡੀਓਜ਼ ਦੇ ਵਿੱਚ ਹੋਣ ਜਾਂ ਪੀਡੀਐਫ ਦੇ ਵਿੱਚ ਪਾਏ ਹੋਣ ਜਾਂ ਫਿਰ ਟੈਲੀਗ੍ਰਾਮ ਦੇ ਉੱਤੇ ਪਾਏ ਹੋਣ ਉਹਨਾਂ ਵਿੱਚੋਂ ਕਾਫੀ ਕੁਸ਼ਨ ਆ ਰਹੇ ਹਨ ਤੇ ਇਸ ਸ਼ਿਫਟ ਦੇ ਵਿੱਚ ਵੀ ਕਾਫੀ ਕੁਸ਼ਨ ਦੇਖਣ ਨੂੰ ਮਿਲੇ ਵੀਡੀਓਜ਼ ਵਿੱਚੋਂ ਵੀ ਆਏ ਟੈਲੀਗ੍ਰਾਮ ਤੋਂ ਵੀ ਆਏ ਤੇ ਪੀਡੀਐਫ ਜੋ ਤਿਆਰ ਕੀਤੀ ਤੁਹਾਡੇ ਲਈ ਉਸ ਵਿੱਚੋਂ ਵੀ ਆਏ ਠੀਕ ਹੈ ਕਿਹੜੇ ਕਿਹੜੇ ਕੁਸ਼ਨ ਸੀ ਅੱਗੇ ਜਾ ਕੇ ਮੈਂ ਦੱਸਾਂਗਾ ਉਸ ਤੋਂ ਪਹਿਲਾਂ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਮੇਰੇ ਨੰਬਰ ਦੇ ਉੱਤੇ ਮੈਸੇਜ ਜ਼ਰੂਰ ਕਰ ਲਿਓ ਠੀਕ ਹੈ ਤਾਂ ਜੋ ਕੋਈ ਵੀ ਛੋਟੀ ਵੱਡੀ ਜਾਣਕਾਰੀ ਆਉਂਦੀ ਹੈ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਭ ਤੋਂ ਪਹਿਲਾਂ ਆਪਾਂ ਜੇ ਗੱਲ ਕਰੀਏ ਅ ਪੋਲਿਟੀ ਦੀ ਤਾਂ ਪੋਲੀਟੀਕਲ ਸਾਇੰਸ ਦੇ ਜੋ ਕੁਐਸਚਨ ਆਏ ਉਹ ਆਪਾਂ ਦੇਖਦੇ ਆਂ ਆਰਟੀਕਲ ਨਾਲ ਰਿਲੇਟਡ ਕਾਫੀ ਕੁਐਸਚਨ ਆਏ ਇਸ ਸ਼ਿਫਟ ਦੇ ਵਿੱਚ ਠੀਕ ਹੈ ਆਰਟੀਕਲ 126 ਕੀ ਹੈ ਆਰਟੀਕਲ 126 ਕੀ ਕਹਿੰਦਾ ਹੈ ਐਕਟਿੰਗ ਚੀਫ ਜਸਟਿਸ ਦੀ ਨਿਯੁਕਤੀ ਨਾਲ ਸਬੰਧਿਤ ਹੈ ਠੀਕ ਹੈ ਜਦੋਂ ਭਾਰਤ ਦੇ ਚੀਫ ਜਸਟਿਸ ਦਾ ਉਹਦਾ ਖਾਲੀ ਹੁੰਦਾ ਹੈ ਤਾਂ ਉਦੋਂ ਚੀਫ ਜਸਟਿਸ ਗੈਰ ਹਾਜ਼ਰੀ ਕਾਰਨ ਜਾਂ ਕਿਸੇ ਹੋਰਨ ਕਾਰਨ ਹੋਰ ਕਾਰਨ ਕਰਕੇ ਆਪਣੇ ਦਫ਼ਤਰ ਦੇ ਕਰਤੱਵਾਂ ਨੂੰ ਨਿਭਾਉਣ ਵਿੱਚ ਅਸਮਰਥ ਹੁੰਦਾ ਹੈ ਤਾਂ ਦਫ਼ਤਰ ਦੇ ਕਰਤੱਵ ਅਜੇ ਕਿਸੇ ਹੋਰ ਜੱਜ ਦੁਆਰਾ ਨਿਭਾਈ ਜਾਂਦੇ ਹਨ ਇਹ ਨਿਯੁਕਤੀ ਰਾਸ਼ਟਰਪਤੀ ਵੱਲੋਂ ਕੀਤੀ ਜਾਂਦੀ ਹੈ ਮਤਲਬ ਟੈਂਪਰੇਰੀ ਆਧਾਰ ਦੇ ਉੱਤੇ ਨਿਯੁਕਤੀ ਹੁੰਦੀ ਹੈ ਇਹ ਠੀਕ ਹੈ ਐਕਟਿੰਗ ਚੀਫ ਜਸਟਿਸ ਦੀ ਨਿਯੁਕਤੀ ਤੇ ਆਰਟੀਕਲ 126 ਦੇ ਵਿੱਚ ਇਹ ਲਿਖਿਆ ਗਿਆ ਹੈ ਚਲੋ ਨੈਕਸਟ ਕੁਐਸਚਨ ਪੇਪਰ ਦੇ ਵਿੱਚ ਆਰਟੀਕਲ 39 ਆਇਆ ਜਾਂ 139 ਆਇਆ ਠੀਕ ਹੈ ਇਹ ਕਲੀਅਰ ਨਹੀਂ ਹੈ ਤਾਂ ਮੈਂ ਤੁਹਾਨੂੰ ਦੋਨੇ ਕਰਵਾ ਦਿੰਦਾ ਹਾਂ ਠੀਕ ਹੈ ਆਰਟੀਕਲ ਜਿਹੜਾ 139 ਹੈ ਇਹ ਕੀ ਕਹਿੰਦਾ ਹੈ ਕੁਝ ਰੀਟਾਂ ਜਾਰੀ ਕਰਨ ਦੀਆਂ ਸ਼ਕਤੀਆਂ ਸੁਪਰੀਮ ਕੋਰਟ ਨੂੰ ਸੌਂਪਦਾ ਹੈ ਠੀਕ ਹੈ ਮਤਲਬ ਇਹ ਰੀਟਾਂ ਨਾਲ ਰਿਲੇਟਡ ਹੈ ਦੇਖ ਲੋ ਇਹ ਬਾਕੀ ਠੀਕ ਹੈ ਚਲੋ ਹੁਣ ਆਪਾਂ ਗੱਲ ਕਰਦੇ ਆ ਆਰਟੀਕਲ 39 ਕੀ ਕਹਿੰਦਾ ਆਰਟੀਕਲ 39 ਦਾ ਇੱਕੋ ਇੱਕ ਉਦੇਸ਼ ਇਹ ਚ ਕਿੰਨੀ ਬਣਾਉਣਾ ਹੈ ਕਿ ਭਾਰਤ ਦੇ ਲੋਕ ਜਾਂ ਨਾਗਰਿਕ ਰੋਜੀ ਰੋਟੀ ਲਈ ਟੁਕਮੇ ਸਾਧਨ ਦੌਲਤ ਦੀ ਨਿਰਪੱਖ ਵੰਡ ਬਰਾਬਰ ਲਈ ਕੰਮ ਬਰਾਬਰ ਕੰਮ ਲਈ ਬਰਾਬਰ ਤਨਖਾਹ ਬੱਚਿਆਂ ਤੇ ਮਜ਼ਦੂਰਾਂ ਦੀ ਦੀ ਸੁਰੱਖਿਆ ਪ੍ਰਦਾਨ ਕੀਤੀ ਜਾਵੇ ਇਸ ਨੂੰ ਜਕਿੰਨੀ ਬਣਾਉਣ ਲਈ ਰਾਜ ਦੀ ਜ਼ਿੰਮੇਵਾਰੀ ਹੈ ਠੀਕ ਹੈ ਮਤਲਬ ਜੋ ਲੋਕ ਹੈ ਕਿਸੇ ਵੀ ਰਾਜ ਦੇ ਉਹਨਾਂ ਲਈ ਰੋਜੀ ਰੋਟੀ ਦੇ ਸਾਧਨ ਦੌਲਤ ਦੀ ਨਿਰਪੱਖ ਵੰਡ ਨਿਰਪੱਖ ਵੰਡ ਕਿਵੇਂ ਹੋਊਗੀ ਜਿਵੇਂ ਕੋਈ ਕੰਮ ਕਰਦਾ ਹੈ ਚਾਹੇ ਕੋਈ ਲੇਡੀ ਹੈ ਜਾਂ ਫਿਰ ਕੋਈ ਮੇਲ ਹੈ ਜਾਂ ਫੀਮੇਲ ਹੈ ਤਾਂ ਉਹਨਾਂ ਲਈ ਬਰਾਬਰ ਮੌਕੇ ਹੈ ਤੇ ਬਰਾਬਰ ਉਹਨਾਂ ਨੂੰ ਤਨਖਾਹ ਮਿਲੇਗੀ ਠੀਕ ਹੈ ਬਾਕੀ ਇਹ ਸਾਰੀ ਸੁਰੱਖਿਆ ਬੱਚਿਆਂ ਦੀ ਅਤੇ ਮਜ਼ਦੂਰਾਂ ਦੀ ਸੁਰੱਖਿਆ ਇਸਾਰਾ ਕੋਸ਼ਿਸ਼ ਆਰਟੀਕਲ ਦੇ ਵਿੱਚ ਆ ਜਾਂਦਾ ਹੈ ਨੈਕਸਟ ਆ ਗਿਆ ਆਪਣੇ ਕੋਲ ਪਹਿਲੀ ਅਨੁਸੂਚੀ ਵਿੱਚ ਕੀ ਹੈ ਪਹਿਲੀ ਅਨੁਸੂਚੀ ਵਿੱਚ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸੂਚੀ ਅਤੇ ਉਹਨਾਂ ਦੀ ਸੀਮਾ ਅਤੇ ਖੇਤਰੀ ਅਧਿਕਾਰ ਸ਼ਾਮਲ ਹਨ ਆਰਟੀਕਲ 243 ਐਕਸ ਕੀ ਹੈ ਨਗਰਪਾਲਿਕਾ ਦੁਆਰਾ ਟੈਕਸ ਲਗਾਉਣ ਦੀ ਸ਼ਕਤੀ ਅਤੇ ਇੱਕ ਇਕਰੀਤ ਫੰਡ ਵਿੱਚ ਗ੍ਰਾਂਟ ਮੋਹੀਆ ਕਰਵਾਉਣੀ ਠੀਕ ਹੈ ਇਹ ਆਰਟੀਕਲ 243 ਐਕਸ ਦੇ ਵਿੱਚ ਹੈ ਨੈਕਸਟ ਕੁਐਸਚਨ ਆ ਗਿਆ ਸਿੱਖਾਂ ਦੀ ਪਰਸੈਂਟੇਜ 2011 ਦੀ ਜਾਣਕਾਰਨਾ ਦੇ ਅਨੁਸਾਰ 57.69% ਟੈਲੀਗ੍ਰਾਮ ਦੇ ਉੱਤੇ ਮੈਂ ਪਾਏ ਹੋਏ ਆ ਕੁਐਸਚਨ ਤੇ ਉਸ ਦੇ ਵਿੱਚੋਂ ਆ ਕੁਐਸਚਨ ਆ ਰਹੇ ਆ ਜੇ ਤੁਸੀਂ ਉਹ ਵੀ ਨਹੀਂ ਦੇਖ ਸਕਦੇ ਤਾਂ ਕੁਝ ਨਹੀਂ ਹੋ ਸਕਦਾ ਤੁਹਾਡਾ ਠੀਕ ਹੈ ਬਿਲਕੁਲ ਫ੍ਰੀ ਦੇ ਵਿੱਚ ਪਏ ਆ ਕੁਐਸਚਨ ਜੀਕੇ ਫੈਟ ਸਰਚ ਕਰਕੇ ਜੁਆਇਨ ਜਰੂਰ ਕਰ ਲਿਓ ਤੁਹਾਡੇ ਫਾਇਦੇ ਲਈ ਇਹ ਪਾਏ ਹੋਏ ਆ ਠੀਕ ਹੈ ਦੇਖ ਲਓ ਇਹ ਪਰਸੈਂਟੇਜ ਮੈਂ ਪਾਈ ਹੋਈ ਹੈ ਹਰੇਕ ਸ਼ਿਫਟ ਦੇ ਵਿੱਚ ਇਸ ਵਿੱਚੋਂ ਕੁਸ਼ਨ ਆ ਰਹੇ ਆ ਉਸ ਤੋਂ ਇਲਾਵਾ ਦੇਸੀ ਮਿਨਿਆ ਨਾਲ ਰਿਲੇਟਡ ਇਸ ਸ਼ਿਫਟ ਦੇ ਵਿੱਚ ਵੀ ਕੁਸ਼ਨ ਆਏ ਆ ਸਾਰਾ ਚਾਰਟ ਮੈਂ ਪਾਇਆ ਹੋਇਆ ਇੱਥੋਂ ਬਹੁਤ 2-2 3-3 ਕੁਸ਼ਨ ਇੱਥੋਂ ਆ ਰਹੇ ਆ ਅਨੁਸੂਚੀਆਂ ਨਾਲ ਰਿਲੇਟਡ ਆ ਦੇਖ ਲਓ ਪਾਇਆ ਹੋਇਆ ਠੀਕ ਹੈ ਨੈਕਸਟ ਆ ਗਿਆ ਆਪਣੇ ਕੋਲ ਜੋ ਪੰਜਾਬ ਦੇ ਅਲੱਗ-ਅਲੱਗ ਖੇਤਰ ਹੈ ਉਸ ਨਾਲ ਰਿਲੇਟਡ ਵੀ ਕੁਐਸਚਨ ਇਸ ਸ਼ਿਫਟ ਦੇ ਵਿੱਚ ਆਇਆ ਹੋਇਆ ਏ ਉਹ ਵੀ ਮੈਂ ਪਾਇਆ ਹੋਇਆ ਇਸ ਦੇ ਵਿੱਚ ਠੀਕ ਹੈ ਬਾਕੀ ਤੁਸੀਂ ਸਾਰਾ ਇਹ ਦੇਖ ਸਕਦੇ ਆ ਤੇ ਜੋ ਮੈਂ ਇੰਸਟਾਗ੍ਰam ਦੇ ਉੱਤੇ ਕੁਇਜ਼ ਪਾਉਣਾ ਉਸ ਦੇ ਵਿੱਚੋਂ ਵੀ ਕਾਫੀ ਕੁਐਸਚਨ ਆ ਰਹੇ ਆ ਸੋ ਇੰਸਟਾਗ੍ਰam ਜਰੂਰ ਜੁਆਇਨ ਕਰ ਲਿਓ ਲਿੰਕ ਟੈਲੀਗ੍ਰam ਦੇ ਉੱਤੇ ਦਿੱਤਾ ਹੈ ਤੇ ਜਿਹੜੇ ਪੀਡੀਐਫ ਲੈਣਾ ਚਾਹੁੰਦੇ ਆ 250 ਦੇ ਵਿੱਚ ਪੀਡੀਐਫ ਲੈ ਸਕਦੇ ਆ ਤੇ ਕੁਝ ਮੈਥ ਰੀਜ਼ਨਿੰਗ ਦੇ ਸੇਮ ਕੁਐਸਚਨ ਪੀਡੀਐਫ ਵਿੱਚੋਂ ਆ ਰਹੇ ਆ ਉਸ ਦਾ ਪ੍ਰੂਫ ਮੈਂ ਤੁਹਾਨੂੰ ਦਿਖਾ ਦਿੰਨਾ ਆ ਦੇਖ ਲਓ ਪੀਡੀਐਫ ਵਿੱਚ ਇਹ ਕੁਐਸਚਨ ਮੈਂ ਪਾਇਆ ਹੋਇਆ ਸੇਮ ਇਹ ਆਇਆ ਸੀ ਠੀਕ ਹੈ ਸਟੂਡੈਂਟ ਨੇ ਮੈਨੂੰ ਸੈਂਡ ਕੀਤਾ ਕਿ ਪੀਡੀਐਫ ਵਿੱਚੋਂ ਇਹ ਸੇਮ ਆਇਆ ਸੀ ਮੈਥ ਰੀਜ਼ਨਿੰਗ ਦਾ ਸੇਮ ਕੁਐਸਚਨ ਆਉਣਾ ਬਹੁਤ ਵੱਡੀ ਗੱਲ ਹੁੰਦੀ ਹੈ ਠੀਕ ਹੈ ਨਾਲ ਮਿਲਦੇ ਜੁਲਦੇ ਤਾਂ ਆ ਹੀ ਰਹੇ ਆ ਪਰ ਸੇਮ ਡਿੱਟੋ ਕੁਐਸਚਨ ਵੀ ਪੀਡੀਐਫ ਵਿੱਚੋਂ ਆ ਰਹੇ ਆ ਠੀਕ ਹੈ ਸੋ ਜਿਨ੍ਹਾਂ ਨੇ ਪੀਡੀਐਫ ਚੰਗੀ ਤਰ੍ਹਾਂ ਪੜ੍ਹੀ ਹੈ ਮੇਰੀਆਂ ਸਾਰੀਆਂ ਕਲਾਸਾਂ ਲਗਾਈਆਂ ਮੇਰੀਆਂ ਸਾਰੀਆਂ ਗੱਲਾਂ ਸੁਣੀਆਂ ਉਹਨਾਂ ਦਾ ਪੇਪਰ ਬਹੁਤ ਵਧੀਆ ਹੋ ਰਿਹਾ ਠੀਕ ਹੈ ਤੋ ਜਰੂਰ ਮੇਰੀਆਂ ਗੱਲਾਂ ਨੂੰ ਸੁਣਿਆ ਕਰੋ ਗੌਰ ਨਾਲ ਤੁਹਾਡੇ ਫਾਇਦੇ ਲਈ ਮੈਂ ਵੀਡੀਓ ਪਾਉਣਾ ਹੈ ਨੈਕਸਟ ਕੁਐਸਚਨ ਆ ਗਿਆ 20 ਜੂਨ 1952 ਨੂੰ ਜਦੋਂ ਰਾਸ਼ਟਰਪਤੀ ਸ਼ਾਸਨ ਲੱਗਿਆ ਉਦੋਂ ਪੰਜਾਬ ਦੇ ਸੀਐਮ ਕੌਣ ਸੀ ਗੋਪੀ ਚੰਦ ਪਾਰਗਵ ਨੈਕਸਟ ਆ ਗਿਆ ਆਰਟੀਕਲ 74 ਕੀ ਹੈ ਭਾਰਤੀ ਗੰਡਰਾ ਦੇ ਸੰਵਿਧਾਨ ਦਾ ਅਨੁਸ਼ੇਦ 74 ਮੰਤਰੀ ਮੰਡਲ ਦੀ ਵਿਵਸਥਾ ਕਰਦਾ ਹੈ ਜੋ ਰਾਸ਼ਟਰਪਤੀ ਦੇ ਕਾਰਜਾਂ ਦੇ ਅਭਿਆਸ ਵਿੱਚ ਰਾਸ਼ਟਰਪਤੀ ਦੀ ਮਦਦ ਕਰੇਗਾ ਨੈਕਸਟ ਆ ਗਿਆ ਆਰਟੀਕਲ 38 ਲੋਕਾਂ ਦੀ ਭਲਾਈ ਦੇ ਪ੍ਰਚਾਰ ਲਈ ਸਮਾਜਿਕ ਵਿਵਸਥਾ ਨੂੰ ਸੁਰੱਖਿਅਤ ਕਰਨ ਦਾ ਹੁਕਮ ਪ੍ਰਦਾਨ ਕਰਦਾ ਹੈ ਇਹ ਆਰਟੀਕਲ ਅਮਰitsar ਕਿਹੜੇ ਇਲਾਕੇ ਵਿੱਚ ਆਉਂਦਾ ਹੈ ਮਾਝੇ ਦੇ ਵਿੱਚ ਆਉਂਦਾ ਏ ਠੀਕ ਹੈ ਬਠਿੰਡੇ ਵਿੱਚ ਕਿਹੜੀ ਬੋਲੀ ਬੋਲੀ ਜਾਂਦੀ ਹੈ ਇਹ ਕੁਐਸਚਨ ਆਇਆ ਹੋਇਆ ਮਲਬਈ ਠੀਕ ਹੈ ਮਾਲਵਾ ਦੇ ਵਿੱਚ ਆਉਂਦਾ ਏ ਤਾਂ ਇੱਥੇ ਮਲਬਈ ਬੋਲੀ ਜਾਂਦੀ ਹੈ ਅਮਰitsar ਦੇ ਵਿੱਚ ਮਾਧੀ ਬੋਲੀ ਜਾਂਦੀ ਹੈ ਠੀਕ ਹੈ ਸੋ ਇਹ ਕੁਐਸਚਨ ਦਿਖਾ ਦਿੰਦਾ ਮੈਂ ਤੁਹਾਨੂੰ ਕਿੱਥੋਂ ਆਇਆ ਆ ਦੇਖ ਲਓ ਪੂਰਾ ਚਾਰਟ ਮੈਂ ਇਹ ਪਾਇਆ ਹੋਇਆ ਮਾਝਾ ਖੇਤਰ ਕਿਹੜਾ ਏ ਅੰਮ੍ਰਿਤਸਰ ਸਾਹਿਬ ਹੈ ਮਾਝਾ ਖੇਤਰ ਵਿੱਚ ਗੁਰਦਾਸਪੁਰ ਪਠਾਨਕੋਟ ਤਰਨਤਾਰਨ ਸਾਹਿਬ ਹੈ ਦੁਆਬੇ ਖੇਤਰ ਵਿੱਚ ਹੁਸ਼ਿਆਰਪੁਰ ਜਲੰਧਰ ਕੰਪੂਰਥਲਾ ਨਵਾਂ ਸ਼ਹਿਰ ਆ ਗਿਆ ਮਾਲਵੇ ਦੇ ਵਿੱਚ ਦੇਖ ਲਓ ਬਠਿੰਡਾ ਮਾਲਵੇ ਦੇ ਵਿੱਚ ਆ ਗਿਆ ਠੀਕ ਹੈ ਉਸ ਤੋਂ ਬਾਅਦ ਪੁਆਰ ਖੇਤਰ ਵਿੱਚ ਫਤਿਹਗੜ੍ਹ ਸਾਹਿਬ ਪਟਿਆਲਾ ਰੂਪਨਗਰ ਸੈਭਜਾਦਾ ਅਜੀਤ ਸਿੰਘ ਨਗਰ ਮੋਹਾਲੀ ਠੀਕ ਹੈ ਇਹ ਸਾਰੇ ਇਲਾਕੇ ਆ ਗਏ ਪੂਰਾ ਚਾਰਟ ਮੈਂ ਪਾਇਆ ਹੋਇਆ ਇਸ ਦੇ ਵਿੱਚ ਖੇਤਰ ਵੀ ਦਿੱਤੇ ਹੋਏ ਆਂ ਤੇ ਜਿਹੜੇ ਖੇਤਰ ਵਿੱਚ ਜਿਹੜਾ ਜ਼ਿਲ੍ਹਾ ਹੁੰਦਾ ਏ ਉੱਥੇ ਉਹੀ ਬੋਲੀ ਬੋਲੀ ਜਾਂਦੀ ਏ ਫੋਰ ਐਗਜ਼ਾਮਪਲ ਫਰੀਦਕੋਟ ਦੇ ਵਿੱਚ ਪੁੱਛ ਲਿਆ ਕਿਹੜੀ ਬੋਲੀ ਬੁੱਲੀ ਜਾਊਗੀ ਤਮਲਬਾਈ ਮਾਲਵੇ ਦੇ ਵਿੱਚ ਆਉਂਦਾ ਪੁਆਦੀ ਇੱਥੇ ਬੋਲੀ ਜਾਊਗੀ ਪਟਿਆਲਾ ਜਾਂ ਫਤੇਗੜ ਸਾਹਿਬ অপਸ਼ਨ ਦੇ ਵਿੱਚ ਹੋਊਗਾ ਸੋ ਇਹ ਇਸ ਦੇ ਵਿੱਚੋਂ ਦੇਖ ਲਓ ਦੋ ਕੁਐਸਚਨ ਆਏ ਹੋਏ ਆ ਸਾਫ਼-ਸਾਫ਼ ਐਮਪਾਇਆ ਹੋਇਆ ਤੁਸੀਂ ਇਹ ਜ਼ਰੂਰ ਕਰ ਲਓ ਤੇ ਮੈਂ ਕਲਾਸ ਦੇ ਵਿੱਚ ਵੀ ਮੈਂ ਬਹੁਤ ਵਧੀਆ ਕਲਾਸ ਤੁਹਾਡੀ ਲਗਾਈ ਸੀ ਉਸ ਦੇ ਵਿੱਚ ਸਾਰੇ ਖੇਤਰ ਮੈਂ ਦੱਸੀ ਸੀ ਇਹ ਇਹ ਵੀ ਦੱਸਿਆ ਸੀ ਕਿ ਪਾਕਿਸਤਾਨ ਨਾਲ ਕਿਹੜੇ ਕਿਹੜੇ ਜੋ ਪੰਜਾਬ ਦੇ ਜ਼ਿਲ੍ਹੇ ਆ ਉਹਨਾਂ ਦੀ ਹੱਦ ਲੱਗਦੀ ਹੈ ਕਿਹੜੇ ਖੇਤਰ ਦੇ ਜ਼ਿਲ੍ਹਿਆਂ ਦੀ ਹੱਦ ਲੱਗਦੀ ਹੈ ਤੇ ਉਹ ਕੁਐਸਚਨ ਵੀ ਕਲਾਸ ਵਿੱਚੋਂ ਆਏ ਹੋਏ ਆ ਠੀਕ ਹੈ ਜਰੂਰ ਇਹ ਪੜ੍ਹ ਕੇ ਜਾਇਓ ਹਰਿਆਣਾ ਤੇ ਹਿਮਾਚਲ ਕਦੋਂ ਬਣਿਆ ਪਾਸ਼ਾ ਦੇ ਆਧਾਰ ਦੇ ਉੱਤੇ ਜਦੋਂ ਵੰਡ ਹੋਈ ਪੰਜਾਬ ਦੀ 1 ਨਵੰਬਰ 1966 ਨੂੰ ਬਹੁਤ ਵਾਰੀ ਇਹ ਕੁਐਸਚਨ ਤੁਹਾਨੂੰ ਕਰਵਾਇਆ ਹੋਇਆ ਠੀਕ ਹੈ ਪਿਛਲੀ ਸ਼ਿਫਟ ਦੇ ਵਿੱਚ ਪੰਜਾਬ ਅਤੇ ਪੈਪਸੂ ਦਾ ਮਿਲਾਪ ਕਦੋਂ ਹੋਇਆ ਇਹ ਕੁਐਸਚਨ ਆਇਆ ਸੀ ਇਸ ਦੇ ਵਿੱਚ ਆ ਗਿਆ ਪੰਜਾਬ ਅਤੇ ਜੋ ਹਿਮਾਚਲ ਹੈ ਸੋਰੀ ਹਰਿਆਣਾ ਤੇ ਹਿਮਾਚਲ ਕਦੋਂ ਬਣਿਆ ਜਦੋਂ ਪੰਜਾਬ ਦੀ ਭਾਸ਼ਾ ਦੇ ਆਧਾਰ ਦੇ ਉੱਤੇ ਵੰਡ ਹੋਈ ਠੀਕ ਹੈ ਦਰੋਣਾਚਰੀਆ ਅਵਾਰਡ ਇਹ ਕੁਐਸਚਨ ਵੀ ਕਰਵਾਇਆ ਹੋਇਆ 1985 ਦੇ ਵਿੱਚ ਇਸ ਦੀ ਸ਼ੁਰੂਆਤ ਹੋਈ ਸੀ ਕਿਹੜਾ ਕੇਂਦਰ ਸ਼ਾਸਿਤ ਪ੍ਰਦੇਸ਼ ਮਾਊਂਟਨ ਸਾਈਕਲ ਵਰਲਡ ਕੱਪ ਦੀ ਮੇਜਬਾਨੀ ਕਰੇਗਾ ਲਦਾਖ ਠੀਕ ਹੈ ਕਰੰਟ ਅਫੇਅਰ ਦਾ ਕੁਐਸਚਨ ਆ ਇਹ 2022 ਵਿੱਚ ਹਰਕਰ ਜਲ ਵਾਲਾ ਕੇਂਦਰ ਸ਼ਾਸਿਤ ਪ੍ਰਦੇਸ਼ ਕਿਹੜਾ ਬਣਿਆ ਪੁੰਡੂਚੇਰੀ ਨੈਕਸਟ ਆ ਗਿਆ ਸੂਚਕਾਂਕ ਨਾਲ ਰਿਲੇਟਡ ਵਾਤਾਵਰਣ ਪ੍ਰਦਰਸ਼ਨ ਸੂਚਕਾਂਕ 2022 ਵਿੱਚ ਭਾਰਤ ਕਿਸ ਸਥਾਨ ਤੇ ਹੈ 180ਵੇਂ ਸਥਾਨ ਦੇ ਉੱਤੇ ਹੈ ਨੈਕਸਟ ਆ ਗਿਆ ਸ਼ਹੀਦ ਉਦਮ ਸਿੰਘ ਦਾ ਜੱਦੀਗਾਰ ਕਿੱਥੇ ਹੈ ਸੁਨਾਮ ਦੇ ਵਿੱਚ ਅੱਗੇ ਆ ਗਿਆ ਬਠਿੰਡੇ ਵਿੱਚ ਕਿਹੜੀ ਉਪ ਬੋਲੀ ਬੋਲੀ ਜਾਂਦੀ ਹੈ ਮਲਬਈ ਠੀਕ ਹੈ ਇਸ ਤੋਂ ਇਲਾਵਾ ਮੈਥ ਦੇ ਰੀਜ਼ਨਿੰਗ ਦੀ ਜੇ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਉਹ ਹੀ ਸੇਮ ਜੋ ਪੈਟਰਨ ਪੁਰਾਣੀਆਂ ਸ਼ਿਫਟਾਂ ਦੇ ਵਿੱਚ ਆ ਉਹੀ ਰਿਪੀਟ ਹੋ ਰਿਹਾ ਕਿਸੇ ਦੇ ਵਿੱਚ ਸੀਟਿੰਗ ਅਰੇਂਜਮੈਂਟ ਜ ਵੱਧ ਆ ਰਿਹਾ ਕਿਸੇ ਦੇ ਵਿੱਚ ਅ ਨੰਬਰ ਸੀਰੀਜ਼ ਜ ਆਦ ਆ ਰਹੀ ਹੈ ਕਿਸੇ ਦੇ ਵਿੱਚ ਮਤਲਬ ਦੋਨਾਂ ਦੇ ਤਿੰਨ ਚਾਰ ਕੁਐਸਚਨ ਆ ਰਹੇ ਆ ਇਸ ਤਰ੍ਹਾਂ ਮੈਥ ਰੀਜ਼ਨਿੰਗ ਦੇ ਕੁਐਸਚਨ ਆ ਰਹੇ ਆ ਇਹਦੇ ਵਿੱਚ ਜਿਆਦਾ ਫਰਕ ਨਹੀਂ ਪੈ ਰਿਹਾ ਬਾਕੀ ਇੰਗਲਿਸ਼ ਦੇ ਵਿੱਚ ਉਹੀ ਪੈਰਾਗ੍ਰਾਫ ਆ ਰਿਹਾ ਹੈ ਟਰਾਂਸਲੇਸ਼ਨ ਆ ਰਹੀ ਹੈ ਸਿੰਪਲ ਆ ਰਹੀ ਹੈ ਮਤਲਬ ਇੰਗਲਿਸ਼ ਠੀਕ ਹੈ ਜੇ ਪੰਜਾਬੀ ਦੇ ਪੇਪਰ ਦੀ ਗੱਲ ਕਰੀਏ ਉਹ ਵੀ ਬਹੁਤ ਜ਼ਿਆਦਾ ਸਿੰਪਲ ਆ ਰਿਹਾ ਹੈ ਗੇਤਰ ਪਛੇਤਰ ਆ ਰਹੇ ਹਨ ਜੋ ਮੈਂ ਕਲਾਸਾਂ ਦੇ ਵਿੱਚ ਕਰਵਾਇਆ ਹੋਇਆ ਨੰਬਰ ਕਰਵਾਏ ਹੋਏ ਹਨ ਤੁਹਾਨੂੰ ਠੀਕ ਹੈ ਗੁਰਮੁਖੀ ਅੰਕ ਕਰਵਾਏ ਹੋਏ ਹਨ ਦੇਸੀ ਮਿੰਨੇ ਕਰਵਾਏ ਹੋਏ ਹਨ ਉਹ ਸਾਰਾ ਕੁਝ ਆ ਰਿਹਾ ਹੈ ਮਤਲਬ ਪੰਜਾਬੀ ਦਾ ਪੇਪਰ ਬਹੁਤ ਹੀ ਆਸਾਨ ਆ ਰਿਹਾ ਹੈ ਤੇ ਸਾਰੇ ਜਣੇ ਉਸ ਦੇ ਵਿੱਚ ਪਾਸ ਹੋ ਜਾਣਗੇ ਠੀਕ ਹੈ ਬਾਕੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਐਨਲਾਈਜ਼ ਲੈ ਕੇ ਆਉਂਦਾ ਰਹੂੰਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਟੈਲੀਗ੍ਰਾਮ ਦੇ ਉੱਤੇ ਅਤੇ ਫੋਨ ਦੇ ਉੱਤੇ ਵੀ ਅਸੀਂ ਕਰ ਲਓ ਧੰਨਵਾਦ